गड्डी दा टायर फटन नाल गड्डी बेकाबू होके दरखत नाल जा वजी, एक दी मौके ते मौत, चार जख्मी। बटाला तो एक दर्दनाक हादसा सामने आया। बटाला तो डेरा बाबा नानक लई स्विफ्ट गड्डी च सवार होके परिवार जा रहा सी ते रस्ते विच सरवाली पिंड दे नेड़े गड्डी दा टायर फट जांदा है ते गड्डी बेकाबू होके दरखत नाल जा टकराउंदी है, जिस नाल गड्डी च सवार एक नौजवान दी मौके ते मौत हो जांदी है ते चार लोग जख्मी हो जांदे हन। बदकिस्मती उस वेले हुंदी है सामने तो आ रहे मोटरसाइकिल नूं वी इस हादसे दा शिकार होना पिया। जख्मियां नूं बटाला दे सरकारी हस्पताल इलाज लई दाखिल करवाया गया। ਹੋਣ ਵਾਲੀਆਂ ਨਹੀਂ ਚੱਲਦੀਆਂ ਜੀ। ਕਰ ਲਾਂਗੇ ਇਹਨਾਂ ਨੂੰ ਕੰਮ ਕਰ ਲਾਂਗੇ। ਇੱਕ ਇੱਕ ਸੂਈ ਆ ਭਾਜੀ, ਨਹੀਂ ਸੀ ਤੁਹਾਡੇ ਸਾਹਮਣੇ ਇੱਕ ਦੱਸ ਘਟਨਾ ਅਸੀਂ ਜਾਣਦੇ ਹਾਂ ਮੋਟਰਸਾਈਕਲ 'ਤੇ, ਉੱਥੇ ਗੁਰਦੁਆਰਾ ਸਾਹਿਬ ਸੰਤ ਬਾਬਾ ਮੋਟਰਸਾਈਕਲ, ਮੈਂ ਕਿਹਾ ਨਿਕਲ ਲਿਫਟ ਦੇ ਦੇ, ਉੱਧਰੋਂ ਕਾਰ ਆਈ, ਉਹਨੇ ਆ ਕੇ ਪੈਰ 'ਚ ਮਾਰਤਾ, ਪੈਰ ਬੜੀ ਜ਼ੋਰ ਮਾਰਿਆ, ਪੈਰ ਹੀ ਤੋੜਤਾ। ਮੈਨੂੰ ਤਾਂ ਨਾ ਪਤਾ ਹੀ ਨਹੀਂ, ਮੈਂ ਤਾਂ ਆਪ ਹੀ ਠੀਕ ਨਹੀਂ ਹੈਗਾ। ਦੋ ਇੱਕ ਤਾਂ ਪੈਦਲ ਸੀ, ਸਰਵਾਲੀ ਦੇ ਲਾਗੇ ਇਹਨਾਂ ਦਾ ਐਕਸੀਡੈਂਟ ਹੋਇਆ ਅੰਦਰ। ਕੀ ਕਾਰਨ ਹੋਇਆ ਇੱਥੇ, ਕਿਸ ਤਰ੍ਹਾਂ? ਪਤਾ ਨਹੀਂ ਜੀ, ਅਜੇ ਕੋਈ ਨਹੀਂ ਲੱਗਾ, ਮੈਂ ਆਪਣੇ ਮਗਰੋਂ ਆਈ ਹਾਂ। ਪਿੰਡ 'ਚ ਹੈਗਾ ਜੀ, ਅਜੇ ਤਾਂ ਪ੍ਰੋਗਰਾਮ ਤੇ ਗਿਆ ਹੀ ਨੀਗਾ। ਅੱਛਾ ਜੀ, ਤੁਹਾਡੇ ਬੇਟੇ ਦਾ ਨਾਮ ਕੀ ਹੈ? ਅਮਰਿਤਪਾਲ। ਉਹਦੇ ਕਿੰਨੀ ਕੁ ਸੱਟ ਲੱਗੀ ਹੈ? ਮੈਡਮ ਅੰਮ੍ਰਿਤਸਰ ਰੈਫਰ ਕਰਤਾ ਇਹਨਾਂ ਨੂੰ? ਮੈਡਮ ਕਿਸੇ ਦੀ ਡੈਥ ਵੀ ਹੋਈ ਕਹਿੰਦੇ ਕੁਛ, ਤੇ ਇੱਥੇ ਪਹੁੰਚ ਕੇ ਨਹੀਂ? ਹਜੇ ਕੋਈ ਡੈਥ ਵਾਲਾ ਨਹੀਂ ਆਇਆ ਹੈਗਾ, ਸਾਡੇ ਕੋਲ ਸਿਰਫ ਤਿੰਨੇ ਪੇਸ਼ੈਂਟ ਆਏ ਨੇ, ਤਿੰਨਾਂ ਨੂੰ ਅਸੀਂ ਫਸਟ ਏਡ ਦੇ ਦਿੱਤੀ ਹੈ ਤੇ ਇਹਨਾਂ ਨੂੰ ਹਾਇਰ ਸੈਂਟਰ। ਕਿੰਨੇ ਕੁ ਹਾਲਾਤ ਇਹਨਾਂ ਦੇ ਹੈਗੇ ਸੀ, ਸਹੀ ਜਾਂ ਖਰਾਬ ਹੋ ਸਕਦੇ? ਕੁਛ ਠੀਕ ਹੈ, ਕੌਨਸ਼ੀਅਸ ਨੇ, ਬਟ ਕੁਛ ਕਹਿ ਨਹੀਂ ਸਕਦੇ, ਬਾਕੀ ਇਸ ਲਈ ਅਸੀਂ ਇਹਨਾਂ ਨੂੰ ਹਾਇਰ ਸੈਂਟਰ ਰੱਖੇ। ਕਿਤੇ ਲੱਤਾਂ ਵੀ ਫ੍ਰੈਕਚਰ ਇਹਨਾਂ ਦੀ ਬਹੁਤ ਜ਼ਿਆਦਾ? ਲੱਤਾਂ ਤਿੰਨਾਂ ਦੀਆਂ ਫ੍ਰੈਕਚਰ ਨੇ, ਇੱਕ ਦੀ ਤਾਂ ਆਮ ਹੀ ਫ੍ਰੈਕਚਰ ਹੈ। ਥੈਂਕ ਯੂ।